ਕੋਰਟ ਕੋ ਪੂਰਾ ਗੋਲੀਕਾਣ ਮਾਮਲੇ ਦੇ ਵਿੱਚ ਜਿੱਥੇ ਕੱਲ ਚਾਰਜਸ਼ੀਟ ਦਾਖਲ ਕੀਤੀ ਗਈ ਸੀ ਅਜੁਦਾ ਸੁਣਵਾਈ ਹੋਣੀ ਸੀ ਉਹਦੇ ਉੱਪਰ ਸੁਣਵਾਈ ਵੀ ਹੋਈ ਹੈ ਤੇ 8 ਸਾਲਾਂ ਬਾਅਦ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪੁਲਿਸ ਤੇ ਪ੍ਰਦਰਸ਼ਨ ਕਰਿਆਂ ਵਿੱਚ ਟਕਰਾਅ ਚੱਲ ਰਿਹਾ ਤੇ ਗੋਲੀ ਵੀ ਵੱਜੀ ਸੀ ਇੱਕ ਨਿਹੰਗ ਸਿੰਘ ਦੇ ਉਹ ਵੀ ਇੱਕ ਵੀਡੀਓ ਦੇ ਵੀ ਦਿਖਾਇਆ ਗਿਆ ਇਹ ਗੋਲੀ ਜਿਹੜੀ ਆ ਉਹ ਕਿਹਦੇ ਚਲਾਈ ਹੈ ਤੇ ਪੁਲਿਸ ਕਰਮਚਾਰੀਆਂ ਦੀਆਂ ਰਾਈਫਲਾਂ ਖੋਈਆਂ ਗਈਆਂ ਸੀ ਜੇ ਪੁਲਿਸ ਕਰਮਚਾਰੀਆਂ ਦੀਆਂ ਰਾਈਫਲਾਂ ਖੋਈਆਂ ਗਈਆਂ ਸੀ ਤਾਂ ਕੀ ਉਹਦਾ ਪਰਚਾ ਦਰਜ ਹੈ ਜੇ ਦਰਜ ਹੈ ਹੁਣ ਤੱਕ ਪੁਲਿਸ ਨੇ ਉਹਦੇ ਵਿੱਚ ਤਫ਼ਤੀਸ਼ ਕੀ ਕੀਤੀ ਹੈ ਕਿ ਇਹ ਗੋਲੀਆਂ ਪ੍ਰਦਰਸ਼ਨਕਾਰੀਆਂ ਵੱਲੋਂ ਚਲਾਈਆਂ ਗਈਆਂ ਸੀ ਇਹਦੇ ਤੱਥ ਨਹੀਂ ਇਕੱਠੇ ਕੀਤੇ ਗਏ ਇਸ ਲਈ ਜਾਂਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਹੁਣ ਸਭ ਤੋਂ ਪਹਿਲਾ ਸਵਾਲ ਤਾਂ ਇੱਥੇ ਉਹੀ ਖੜਾ ਹੁੰਦਾ ਹੈ ਕਿ ਜਿਸ ਵੇਲੇ ਜਿਹੜੇ ਅੱਜ ਕਹਿੰਦੇ ਆਸੀਂ ਬੇਗੁਨਾਹ ਆ ਉਹਨਾਂ ਦਾ ਉਸ ਵੇਲੇ ਰਾਤ ਸੀ ਸ਼ਰੋਮਣੀ ਕਾਲਜ ਨੂੰ ਜਿੱਥੇ ਲੋਕੀ ਛੱਟ ਕੇ ਜਾ ਰਹੇ ਨੇ ਉੱਥੇ ਹੀ ਉਹਨਾਂ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਤੇ ਉਸ ਆਗੂ ਨੇ ਇੱਕ ਵੱਡੀ ਜ਼ਿੰਮੇਵਾਰੀ ਸੰਭਾਲੀ ਜੀ ਉਹ ਕਹਿੰਦੇ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਸੰਯੁਕਤ ਰਾਜ ਟਰਾਂਸਪੋਰਟ ਕਮਿਸ਼ਨਰ ਤੇ ਸ਼ਹੀਦ ਗੁਰਵਕਸ ਸਿੰਘ ਦੇ ਪੁੱਤਰੇ ਨੇ ਇਹਦੇ ਨਾਲ ਪਾਰਟੀ ਵਿੱਚ ਸਮਰਥਨ ਤੇ ਹੋਰ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਵੀ ਕਹਿੰਦੇ ਦੇ ਦਿੱਤੀ ਗਈ ਹੈ। ਪਹਿਲਵਾਨ ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ ਜਿੱਥੇ ਦਿੱਲੀ ਦੀ ਕੋਰਟ ਦੇ ਜਿੱਥੇ ਸੁਣਵਾਈ ਹੋਈ ਹੈ ਉੱਥੇ ਹੀ ਲੈ ਕੇ ਕਈ ਵੱਡੇ ਖੁਲਾਸੇ ਵੀ ਹੋਏ ਨੇ। ਨਿਗਰਾਨੀ ਕਮੇਟੀ ਨੇ ਸੰਸਦ ਮੈਂਬਰ ਦੇਤੇ ਕਦੇ ਬ੍ਰਿਜਪੂਸ਼ ਚਾਰਨ ਸਿੰਘ ਨੂੰ ਬਰੀ ਨਹੀਂ ਕੀਤਾ। ਕਮੇਟੀ ਨੇ ਸਪਾਰਸ਼ਾਂ ਦਿੱਤੀਆਂ ਸੀ ਫੈਸਲਾ ਨਹੀਂ ਦੂਜੇ ਪਾਸੇ ਪਿੰਡਾਂ ਦੇ ਵਿੱਚ ਚਿੱਪਾਂ ਵਾਲੀ ਮੀਟਰਾਂ ਨੂੰ ਲਾ ਕੇ ਕਿਸਾਨਾਂ ਨੇ ਲੋਕ ਵਿਰੋਧ ਕੀਤਾ ਗਿਆ ਅੱਜ ਜਦੋਂ ਤੋਂ ਭਗਵੰਤ ਮਾਨ ਨੇ 300 ਜੂਨਟ ਮੁਕਤ ਕੀਤੇ ਇੱਕੋ ਘਰ ਦੇ ਵਿੱਚ ਲੋਕਾਂ ਨੇ 2-2 ਮੀਟਰ ਲਵਾਲੇ 3 ਲੱਖ ਦੇ ਕਰੀਬ ਮੀਟਰ ਲੱਗ ਗਏ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡਾ ਤਾਂ ਰੱਖਿਆ ਜਾਣਾ ਭਰੇ ਹੀ ਬਹੁਤ ਤੇ ਫਿਰ ਭਾਈ ਦੇ ਦਿਓ ਕਿਸਾਨਾਂ ਨੂੰ ਉਹਨਾਂ ਨੂੰ 1500 ਰੁਪਏ ਵਾਲਾ ਜਿਹੜਾ ਸਿੱਧੀ ਭਜਾਈ ਵਾਲਾ ਸੀ ਉਹ ਹੁਣ ਤੱਕ ਉਹਦੇ ਤਾਂ ਕੋਈ ਗਰਦਗਰੀ ਕਰਾਉਣ ਦੀ ਲੋੜ ਨਹੀਂ ਉਹਦਾ ਅੰਕੜੇ ਖੇਤੀ ਭਾਗ ਨੇ ਭੇਜਤੇ ਤੁਹਾਨੂੰ ਮਈ ਮਹੀਨੇ ਦੇ ਭੇਜੇ ਹੋਏ ਨੇ ਜੂਨ ਦੇ ਤੇ ਉਹਦਾ ਮੂਰਤ ਕਿਦਾ ਕਢਾਇਆ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਬਿੱਟੂ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ اہم ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਖਬਰਾਂ ਕਹੀ ਨਹੀਂ ਕਿ ਕਰਕੇ ਝਾਤ ਮਾਰਾਂਗੇ ਪਰ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਰਹੀ ਹੈ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਜਿੱਥੇ ਕ ਚਾਰ ਸ਼ਿਟ ਦਾਖਲ ਕੀਤੀ ਗਈ ਸੀ ਅਜੁਦਾ ਸੁਣਵਾਈ ਹੋਣੀ ਸੀ ਉਹਦੇ ਉੱਪਰ ਸੁਣਵਾਈ ਵੀ ਹੋਈ ਹੈ ਤੇ 8 ਸਾਲਾਂ ਬਾਅਦ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪੁਲਿਸ ਤੇ ਪ੍ਰਦਰਸ਼ਨ ਕਰਿਆਂ ਵਿੱਚ ਟਕਰਾਅ ਚੱਲ ਰਿਹਾ ਤੇ ਗੋਲੀ ਵੀ ਵੱਜੀ ਸੀ ਇੱਕ ਨਿਹੰਗ ਸਿੰਘ ਦੇ ਉਹ ਵੀ ਇੱਕ ਵੀਡੀਓ ਦੇ ਵੀ ਦਿਖਾਇਆ ਗਿਆ ਜੀ ਦੇਖੋ ਇੱਕ ਸਪਲੀਮੈਂਟਰੀ ਚਲਾਨ ਕੱਲ ਕੋਰਟ ਜਿਹੜੀ ਫਰੀਦਕੋਟ ਦੀ ਹੈ ਉਹਦੇ ਵਿੱਚ ਦਾਖਲ ਹੁੰਦਾ ਹੈਗਾ ਉਹਦੇ ਵਿੱਚ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਪਰ ਜਿਹੜਾ ਕੋਟਕਪੂਰੇ ਉਸ ਵੇਲੇ ਦਾ ਐਸ ਐਚ ਓ ਸੀ ਗੁਰਦੀਪ ਸਿੰਘ ਪੰਦੇਰ ਉਹਦੇ ਵਕੀਲ ਨੇ ਸਪਾਈ ਧਿਰ ਦੇ ਅਮਤ ਗੁਪਤਾ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਔਰ ਉਹ ਬੜੇ ਵੱਡੇ ਪੱਧਰ ਤੇ ਚੱਲ ਰਹੀ ਹੈ ਬਹੁਤ ਸਾਰੇ ਆਗੂ ਨੇ ਸਵਾਲ ਵੀ ਚੱਕ ਲਿਆ ਦੇਖੋ ਜੀ ਇਹ ਗੋਲੀ ਜਿਹੜੀ ਆ ਉਹ ਕਿਹਨੇ ਚਲਾਈ ਹੈ ਤੇ ਪੁਲਿਸ ਕਰਮਚਾਰੀਆਂ ਦੀਆਂ ਰਾਈਫਲਾਂ ਖੁਈਆਂ ਗਈਆਂ ਸੀ ਬਈ ਨੂੰ ਨਹੀਂ ਪਤਾ ਖੁਈਆਂ ਗਈਆਂ ਸੀ ਜਾਂ ਨਹੀਂ ਖੁਈਆਂ ਗਈਆਂ ਸੀ ਜੇ ਪੁਲਿਸ ਕਰਮਚਾਰੀਆਂ ਦੀਆਂ ਰਾਈਫਲਾਂ ਖੋਈਆਂ ਗਈਆਂ ਸੀ ਤਾਂ ਕੀ ਉਹਦਾ ਪਰਚਾ ਦਰਜ ਹੈ ਜੇ ਦਰਜ ਹੈ ਹੁਣ ਤੱਕ ਪੁਲਿਸ ਨੇ ਉਹਦੇ ਵਿੱਚ ਤਫਤੀਸ਼ ਕੀ ਕੀਤੀ ਇਹ ਤਾਂ ਗੁਰਦੀਪ ਸਿੰਘ ਭੰਦੇਰ ਨੇ ਆਪ ਹੀ ਕਰਨੀ ਸੀ ਜਾਂ ਉੱਥੋਂ ਦੇ ਸੀਨੀਅਰ ਅਧਿਕਾਰੀਆਂ ਨੇ ਕਰਨੀ ਸੀ ਉਹ ਕਹਿੰਦੇ ਕਿ ਜਿਹੜੇ ਮੁੱਖ ਗਵਾਹਜੀਤ ਸਿੰਘ ਦੇ ਪੱਟੇ 'ਚ ਗੋਲੀ ਲੱਗੀ ਹੈ ਉਹ ਮੁਕਸਰ ਰੋਡ ਤੇ ਪ੍ਰਦਰਸ਼ਨਕਾਰੀਆਂ ਵਾਲੇ ਪਾਸੇ ਚੱਲੀ ਸੀ ਉਹ ਇਸ ਦਿਸ਼ਾ 'ਚ ਰੈਫਲ ਕੋ ਕੇ ਭੱਜੇ ਸੀ ਜੋ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਬਚੇ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਸੀਡੀ ਰਾਹੀਂ ਉਹ ਵੀਡੀਓ ਨੂੰ ਪੇਸ਼ ਕੀਤਾ ਗਿਆ ਕਿ ਦੋ ਪੁਲਿਸ ਮਲਾਜਮਾਂ ਤੋਂ ਰੈਫਲ ਖੋ ਕੇ ਪ੍ਰਦਰਸ਼ਨਕਾਰੀ ਫਰੀਦਕੋਟ ਰੋਡ ਤੇ ਦੂਜਾ ਮੁਕਸਰ ਵੱਲ ਨੂੰ ਭੱਜਦਾ ਨਜ਼ਰ ਆ ਰਿਹਾ ਹੈ ਉਹ ਕਹਿੰਦੇ ਅਸੀਂ ਸ਼ੁਰੂ ਤੋਂ ਬੰਗ ਕਰ ਰਹੇ ਹਾਂ ਕਿ ਇਹ ਗੋਲੀਆਂ ਪ੍ਰਦਰਸ਼ਨਕਾਰੀਆਂ ਵੱਲੋਂ ਚਲਾਈਆਂ ਗਈਆਂ ਸੀ ਇਹਦੇ ਤੱਥ ਨਹੀਂ ਇਕੱਠੇ ਕੀਤੇ ਗਏ ਇਸ ਲਈ ਜਾਂਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਹੁਣ ਸਭ ਤੋਂ ਪਹਿਲਾ ਸਵਾਲ ਤਾਂ ਇੱਥੇ ਉਹੀ ਖੜਾ ਹੁੰਦਾ ਹੈ ਕਿ ਜਿਸ ਵੇਲੇ ਜਿਹੜੇ ਅੱਜ ਕਹਿੰਦੇ ਆਸੀਂ ਬੇਗੁਨਾਹ ਆ ਉਹਨਾਂ ਦਾ ਉਸ ਵੇਲੇ ਰਾਤ ਸੀ 15 ਦੇ ਵਿੱਚ 17 ਤੱਕ ਰਿਹਾ ਹੈ 14 ਤੇ 15 ਅਕਤੂਬਰ ਦੀ ਇਹ ਗੱਲ ਹੈ ਤੇ 17 ਦੇ ਵਿੱਚ ਸਰਕਾਰ ਬਦਲਦੀ ਹੈ ਸਵਾ ਸਾਲ ਦੇ کریم ਸਰਕਾਰ ਤਾਂ ਉਹਨਾਂ ਦੀ ਸੀ ਅਧਿਕਾਰੀ ਵੀ ਉਹਨਾਂ ਦੇ ਡੀਜੀਪੀ ਵੀ ਉਹਨਾਂ ਦਾ ਉਸ ਵੇਲੇ ਫਿਰ ਇਹ ਵੀਡੀਓ ਲੁਕੋਈ ਕਿਉਂ ਗਈ ਇਹ ਜਨਤਕ ਕਿਉਂ ਨਾ ਹੋਈ ਚਲੋ ਜੇ ਹੁਣ ਵੀਡੀਓ ਵੀ ਸਾਹਮਣੇ ਆ ਗਈ ਹੈ ਤਾਂ ਇਹਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਦੋ ਬੰਦੇ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨਿਆਮਣੀ ਵਾਲਾ ਨਿਆਮਣੀ ਵਾਲਾ ਜਿਹੜੀਆਂ ਗੋਲੀਆਂ ਉਹਨਾਂ ਦੇ ਲੱਗੀਆਂ ਸੀ ਕੀ ਇਸ ਰਾਈਫਲ ਦੀਆਂ ਗੋਲੀਆਂ ਸੀ ਉਹ ਵੀ ਇੱਥੇ ਇਹ ਤੱਥ ਦੱਸਣ ਦਾ ਯਤਨ ਕੀਤਾ ਜਾ ਰਿਹਾ ਇਸ ਵੀਡੀਓ ਦੇ ਮੁਤਾਬਕ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਗੋਲੀਆਂ ਚੱਲੀਆਂ ਸੀ ਪਰ ਕੀ ਹੈ ਜਿਹੜੀਆਂ ਬੰਦੂਕਾਂ ਗੋਨਿਆ ਗਿਆ ਇਹਦਾ ਪਰਚਾ ਕਿਤੇ ਦਰਜ ਹੈ ਤੇ ਉਹਦੀ ਤਫਤੀਸ਼ ਕੀ ਹੋਈ ਹੈ ਇਹ ਨਵੇਂ ਮਾਮਲੇ ਵਾਲੇ ਪਾਸੇ ਨੂੰ ਮਾਮਲਾ ਤੁਰ ਗਿਆ ਹੈ ਹੋਰ ਪਤਾ ਲੱਗੇਗਾ ਜਦੋਂ ਇਹਦੀ ਬਕਾਇਦਾ ਤੌਰ ਦੇ ਉੱਤੇ ਭਵੇਂ ਅਦਾਲਤ ਆਦੇਸ਼ ਕਰੇ ਜਾਂ ਜਾਂਚ ਟੀਮ ਆਦੇਸ਼ ਕਰੇ ਕਿ ਇਹਦੀ ਫੋਰੈਂਸਿਕ ਜਾਂਚ ਕਰਾਈ ਜਾਵੇ ਜਿਹੜੀ ਅਜੀਤ ਸਿੰਘ ਦੇ ਗੋਲੀ ਵੱਜੀ ਹੈ ਜਾਂ ਇਹ ਫਰੈਂਸ ਜਿਹੜੀ ਰੈਫਲਾਂ ਜਿਹਨਾਂ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਵਿੱਚੋਂ ਚੱਲੇ ਗਏ ਹਈਆਂ ਨੇ ਜੱਕੀ ਇਹ ਜੋ ਵੀ ਹੈ ਉਹ ਇਸ ਜਾਂਚ ਦਾ ਇੱਕ ਵਿਸ਼ਾ ਬਣ ਗਿਆ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਇਹਦੀ ਅਸਲੀਅਤ ਹੈ ਕੀ ਹੈ ਜੀ ਜੀ ਸ਼ਰੋਮਣੀ ਕਾਲਜ ਨੂੰ ਜਿੱਥੇ ਰੋਕੀ ਛੱਡ ਕੇ ਜਾ ਰਹੇ ਨੇ ਉੱਥੇ ਹੀ ਉਹਨਾਂ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਤੇ ਉਸ ਆਗੂ ਨੂੰ ਇੱਕ ਵੱਡੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਜੀ ਸੋ ਇਹ ਹੈਗਾ ਜੀ ਜਿਹੜਾ ਬਲਿੰਦਰ ਕੋਰ ਲੂੰਬਾ ਨੇ ਐਮਐਲਏ ਰਹੇ ਨੇ ਛੁਤਰਾਣੇ ਤੋਂ ਉਹਨਾਂ ਦਾ ਸੁਪੁੱਤਰ ਹੈ ਕਹਿੰਦੇ ਸੀ ਇਹ ਕਰਨ ਸਿੰਘ ਦਾ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਕਰਨ ਸਿੰਘ ਤਾਂ ਉਹਨਾਂ ਦੇ ਪਤੀ ਨੇ ਪਹਿਲਾਂ ਵੀ ਪਾਰਟੀ ਵਿੱਚ ਜਾਣਿਆ ਪਛਾਣਿਆ ਚਿਹਰਾ ਸੀਗੇ ਕਰਨ ਸਿੰਘ ਹੋਏ ਨੇ ਮੈਨੂੰ ਤਾਂ ਪਹਿਲਾਂ ਲੱਗਿਆ ਕਿ ਉਹਨਾਂ ਦੇ ਇੱਕ ਇਤੇ ਪੁੱਤਰ ਨੇ ਕਰਨ ਸਿੰਘ ਜਿਹੜੇ ਕਿ ਬਰਿੰਦਰ ਕੌਰ ਲੁੰਬਾ ਐਮਐਲਏ ਸਾਹਿਬ ਦੇ ਪਤੀ ਨੇ ਸਾਬਕਾ ਐਮਐਲਏ ਸਾਹਿਬ ਦੇ ਉਹ ਕਹਿੰਦੇ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਸੰਯੁਕਤ ਰਾਜ ਟਰਾਂਸਪੋਰਟ ਕਮਿਸ਼ਨਰ ਤੇ ਸ਼ਹੀਦ ਗੁਰਵਖ ਸਿੰਘ ਦੇ ਪੁੱਤਰੇ ਨੇ ਇਹਦੇ ਨਾਲ ਪਾਰਟੀ ਵਿੱਚ ਸਮਰਥਨ ਤੇ ਹੋਰ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਵੀ ਕਹਿੰਦੇ ਦੇ ਦਿੱਤੀ ਗਈ ਹੈ। ਪਹਿਲਵਾਨ ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ ਜਿੱਥੇ ਦਿੱਲੀ ਦੀ ਕੋਰਟ ਦੇ ਜਿੱਥੇ ਸੁਣਵਾਈ ਹੋਈ ਹੈ ਉੱਥੇ ਹੀ ਲੈ ਕੇ ਕਈ ਵੱਡੇ ਖੁਲਾਸੇ ਵੀ ਹੋਏ ਨੇ। ਦੇਖੋ ਬ੍ਰਿਜਪੂਸ਼ੇ ਸ਼ਰਦ ਸਿੰਘ ਜਿਹੜਾ ਕਿ ਕੁਸ਼ਤੀ ਫੈਡਰੇਸ਼ਨ ਦਾ ਸਾਬਕਾ ਪ੍ਰਧਾਨ ਹੈ ਇਹਦੇ ਤੇ ਕਥਿਤ ਜਿੰਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਪਰਚਾ ਦਰਜ ਹੈ। ਅੱਜ ਉਹ ਅਦਾਲਤ ਵਿੱਚ ਪੇਸ਼ ਹੋਇਆ ਜਿਹੜੀ ਰਾ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਹੈ ਉਹਦੇ ਵਿੱਚ ਇਹ ਪੇਸ਼ ਹੋਇਆ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਨਿਗਰਾਨੀ ਕਮੇਟੀ ਨੇ ਸੰਸਦ ਮੈਂਬਰ ਇਹਦੇ ਤੇ ਕਦੇ ਬ੍ਰਿਜਪੂਸ਼ੇ ਸ਼ਰਦ ਸਿੰਘ ਨੂੰ ਬਰੀ ਨਹੀਂ ਕੀਤਾ ਕਮੇਟੀ ਨੇ ਸਿਫਾਰਸ਼ਾਂ ਦਿੱਤੀਆਂ ਸੀ ਫੈਸਲਾ ਨਹੀਂ ਫੈਸਲਾ ਅਦਾਲਤ ਨੇ ਕਰਨਾ ਹੈ ਤੇ ਇਸ ਕੇਸ ਦੀ ਸੁਣਵਾਈ ਅਗੇ 23 ਸਤੰਬਰ ਤੇ ਪਾ ਦਿੱਤੀ ਗਈ ਹੈ ਹੁਣ 23 ਸਤੰਬਰ ਨੂੰ ਇਸ ਬਾਬਲੇ ਦੀ ਪੜਤਾਲ ਅ ਪੜਤਾਲ ਦੀ ਜਾਂਚ ਜਿਹੜੀ ਚੱਲ ਰਹੀ ਹੈ ਉੱਥੇ ਸਰਵੇਖੀ ਚੱਲ ਰਹੀ ਹੈ ਅਗੇ 23 ਜਨ ਸਤੰਬਰ ਨੂੰ ਪਾ ਦਿੱਤਾ ਗਿਆ 23 ਸਤੰਬਰ ਤੇ ਜਾ ਕੇ ਦੁਬਾਰਾ ਅਦਾਲਤ ਜੁੜੇਗੀ ਉਦੋਂ ਕੀ ਉਦੋਂ ਤੱਕ ਕਿਹੜੇ ਕਿਹੜੇ ਤੱਥਾਂ ਤੇ ਮੁੜ ਵਿਚਾਰ ਹੁੰਦਾਗਾ ਉੱਥੇ ਅਦਾਲਤ ਦੇ ਵਿੱਚ ਇਸ ਸਮਾਂ ਦੱਸੇਗਾ ਜੀ ਸਕੂਲਾ ਕਾਲਜਾਂ ਦੇ ਬਾਹਰ ਜੋ ਵਿਅਕਤੀ ਨਸ਼ਾ ਵੇਚਦੇ ਨੇ ਉਹਦੇ ਖਿਲਾਫ ਹਾਈ ਕੋਰਟ ਵੱਲੋਂ ਸਖਤ ਤੈਸ਼ਨ ਲਾਗਿਆ ਨਾਰਕੋਟਿਕਸ ਦੀ ਟੀਮ ਨੂੰ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਜੀ ਇਹ ਬਹੁਤ ਵੱਡਾ ਸੂਬੇ ਦੀ ਸਰਕਾਰ ਵਾਲੇ ਪਾਸੇ ਨੂੰ ਇੱਕ ਸਵਾਲ ਉੱਠਦਾ ਹੈ 15 ਅਗਸਤ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਸੀ ਕਿ ਅਸੀਂ ਨਸ਼ੇ ਦੇ ਉੱਤੇ ਬਹੁਤ ਕੰਮ ਕਰ ਰਹੇ ਹਾਂ ਸਾਨੂੰ ਇੱਕ ਮਹੀਨਾ ਸਾਲ ਦਾ ਸਮਾਂ ਹੋਰ ਦਿੱਤਾ ਜਾਵੇ ਭਾਵ 15 ਅਗਸਤ 2024 ਤੱਕ ਦਾ ਟਾਈਮ ਦੇ ਦਿਓ ਅਸੀਂ ਨਸ਼ਾ ਸਾਰਾ ਖਤਮ ਕਰ ਦੇਾਂਗੇ ਹੋ ਨਸ਼ੇ ਦੇ ਮਾਮਲੇ ਦੇ ਵਿੱਚ ਜਿਹੜੇ ਦੋ ਐਸਐਸ ਆਪਣਾ ਪੁਲਿਸ ਕਰਮਚਾਰੀ ਜਿਹਦੇ ਵਿੱਚ ਇੱਕ ਥਾਣੇਦਾਰ ਵੀ ਹੈ ਫਿਰੋਜ਼ਪੁਰ ਵਾਲੇ ਮਾਮਲੇ ਦੇ ਵਿੱਚ ਜਿੱਥੇ ਉਹ ਫੜਿਆ ਹੈ ਲੋਕਾਂ ਦੇ ਵਿੱਚ ਚਰਚਾ ਕਿ ਉੱਥੋਂ ਦਾ ਐਸਐਸਪੀ ਉਹਨਾਂ ਨੂੰ ਵਿਚਾਰ ਰਿਹਾ ਹੈ ਕਹਿੰਦੇ ਇਹ ਤਾਂ ਬਰਾਮਦਗੀ ਕਰਨ ਵਾਸਤੇ ਗਏ ਸੀ ਨਸ਼ੇ ਦੀ ਇਹ ਪੱਕਾ ਉਹਨਾਂ ਦਾ ਤੇ ਲੋਕਾਂ ਦੇ ਹਜਮ ਨਹੀਂ ਹੁੰਦਾ ਕਦੇ ਅੱਜ ਤੱਕ ਬਰਾਮਦਗੀ ਪੁਲਿਸ ਨੂੰ ਪ੍ਰਾਈਵੇਟ ਗੱਡੀਆਂ ਚ ਜਾਂਦੀ ਹੈ ਸਾਰੀਆਂ ਗੱਡੀਆਂ ਫਰੋਜ਼ਪੁਰ ਜ਼ਿਲ੍ਹੇ ਦੀਆਂ ਖਤਮ ਹੋ ਗਈਆਂ ਤੇ ਸਵਾਲ ਸਰਕਾਰ ਵਾਲੇ ਪਾਸੇ ਉੱਠਦੇ ਆ ਕਿ ਸਰਕਾਰ ਕੁਝ ਕਹਿੰਦੀ ਹੈ ਤੇ ਜਿਹੜੇ ਇਲਜ਼ਾਮ ਉੱਥੋਂ ਦੇ ਡੀਐਸਪੀ ਨੇ ਲਾਏ ਕਿ ਪੁਲਿਸ ਨਾਲ ਗਲੀ ਵੀ ਹੈ ਇਹਦਾ ਮਤਲਬ ਫਿਰ ਉਹ ਸੱਚ ਸਾਫ਼ ਤੋਂ ਨਜ਼ਰ ਆ ਰਹੇ ਨੇ ਤੇ ਐਸਐਸਪੀ ਕਹਿਣ ਕਿ ਇਹ ਤਾਂ ਬਰਾਮਦ ਕਰਨ ਵਾਸਤੇ ਗਏ ਸੀ ਇਹ ਗੱਲ ਆਮ ਲੋਕਾਂ ਦੇ ਹਜਮ ਨਹੀਂ ਆਉਂਦੀ ਹੋ ਸਕਦਾ ਇਹਦੀ ਸਰਕਾਰ ਪੜਤਾਲ ਕਰਾ ਲਈ ਕਿਸੇ ਹੋਰ ਅਧਿਕਾਰੀ ਤੋਂ ਵੱਡੇ ਤੋਂ ਤੇ ਪਤਾ ਲੱਗ ਜੇ ਪਰ ਜੇ ਆਵਾ ਉੱਤੇ ਆਵਾ ਹੋਵੇ ਫਿਰ ਕੀ ਕਰੋਗੇ ਸੋ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਉੱਚ ਅਦਾਲਤ ਨੇ ਜਿਹੜਾ ਪੁਲਿਸ ਅਤੇ ਨਸ਼ਾ ਵਿਰੋਧੀ ਸੈੱਲ ਹੈ ਉਹਨਾਂ ਨੂੰ ਕਹਿੰਦੇ ਉਹਨਾਂ ਥਾਮਾਂ ਦੀ ਸ਼ਰਾਖਤ ਕਰੋ ਜਿੱਥੋਂ ਲਗਾਤਾਰ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਤੇ ਅਦਾਲਤ ਉਥੇ ਕੀ ਕਰੇਗੀ ਜੇ ਇਲਜ਼ਾਮ ਇਹ ਲੱਗ ਜਾਣ ਕਿ ਇਹ ਤਾਂ ਮਿਲ ਕੇ ਬਕਾਉਂਦੇ ਨੇ ਰੋਜਪੁਰ ਦੇ ਵਿੱਚ ਆਲਰੇਡੀ ਇੱਕ ਡੀਐਸਪੀ ਪੱਧਰ ਦਾ ਅਧਿਕਾਰੀ ਕਹਿ ਰਿਹਾ ਕਿ ਆ ਥਾਣੇਦਾਰ ਤੇ ਹੋਰ ਨਸ਼ੇ ਦੇ ਵਿੱਚ ਉਲਝੇ ਹੋਏ ਨੇ ਉਹਦੀ ਜਾਣਕਾਰੀ ਉੱਥੋਂ ਦੇ ਐਸਪੀ ਰੰਕਤ ਅਧਿਕਾਰੀ ਕਰ ਰਹੇ ਨੇ ਸ਼ਾਇਦ ਨਵਰੀਤ ਕੁਮਾਰਾ ਉਹਨਾਂ ਦਾ ਨਾਮ ਤੇ ਉਹ ਕਹਿੰਦੇ ਕਿ ਜ਼ਿਲ੍ਹਾ ਸਖਿਆ ਅਫਸਰ ਜਿਹੇ ਸਕੂਲਾਂ ਦੀ ਸੂਚੀ ਤਿਆਰ ਕਰੋ ਇਹਨਾਂ ਦੇ ਬਾਹਰਲੇ ਪਾਸੇ ਨਸ਼ਿਆਂ ਦੀ ਵਿਕਰੀ ਦੀਆਂ ਸ਼ਿਕਾਇਤਾਂ ਸਾਡੇ ਕੋਲੇ ਪਹੁੰਚ ਰਹੀਆਂ ਨੇ ਅਦਾਲਤ 'ਚ ਪਹੁੰਚ ਗਈਆਂ ਤੇ ਹੇਠਲੇ ਪਾਸੇ ਪੁਲਿਸ ਉੱਤੀ ਪਈਆ ਉਹਨਾਂ ਨੂੰ ਪਤਾ ਕੁਛ ਨਹੀਂ ਸਖਤ ਲਹਿਜੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੇ ਤੇ ਕੰਮ ਕਰੋ ਤੇ ਪਹਿਲਾਂ ਜਦੋਂ ਅਕਾਲੀ ਆਗੂਆਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਸੀ ਬੜੇ ਝਟਕੋਰੇ ਲੈ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਗੱਲ ਕਰਦੇ ਹੁੰਦੇ ਸੀ ਗ੍ਰਹਿਮ ਆਗਮਾ ਖੁਦ ਮੁੱਖ ਮੰਤਰੀ ਸਾਹਿਬ ਕੋਲੇ ਆ ਤੇ ਡੀਜੀਪੀ ਸਾਹਿਬ ਸਿੱਧੇ ਉਹਨਾਂ ਦੇ ਅਧੀਨ ਨੇ ਹਾਈ ਕੋਰਟ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਜੇਲ੍ਹਾਂ ਦੇ ਅੰਦਰ ਵੀ ਸੁੰਗੜ ਕੁੱਤੇ ਸਨੀਫਰ ਡੌਗ ਕਹਿੰਦੇ ਆ ਜਿਨ੍ਹਾਂ ਨੂੰ ਆਪਾਂ ਇਹਨਾਂ ਦੀ ਤਾਇਨਾਤੀ ਕੀਤੀ ਜਾਵੇ ਬਰੀਕੀ ਨਾਲ ਸਮਾਨ ਚੈੱਕ ਕੀਤਾ ਜਾਵੇ ਤੇ ਕੈਦੀਆਂ ਦੀ ਜਾਂਚ ਕੀਤੀ ਜਾਵੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਭੇਜਿਆ ਜਾਵੇ ਕਿੰਨਿਆਂ ਨੂੰ ਭੇਜਾਂਗੇ ਮੇਰਾ ਖਿਆਲ ਕੱਲੇ ਨਸ਼ੇ ਵਾਲਿਆਂ ਨਾਲੀ ਜਿਲ੍ਹਾ ਭਰ ਜਾਣ ਗੀਆਂ ਪਹਿਲਾਂ ਹੀ ਤੂੜੀ ਵਾਂਗੂ ਤੁਨੀਆਂ ਪੀਂਆਂ ਨੇ ਨਸ਼ਿਆਂ ਦੀ ਦਲਦਲ 'ਚ ਕੱਟਣ ਲਈ ਕਹਿੰਦੇ ਮੁਰੂਪ ਸੇਵਾ ਕੇਂਦਰ ਵਧਾਓ 6 ਮਹੀਨਿਆਂ ਦੇ ਹੁਕਮ ਦੇ ਤੱਕ 6 ਮਹੀਨਿਆਂ ਦੇ ਵਿੱਚ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਘਟੋ ਘਟ ਇੱਕ ਇੱਕ ਨਸ਼ਾ ਛਡਾਊ ਤੇ ਮੁਰੂਪ ਸੇਵਾ ਕੇਂਦਰ ਹੋਵੇ ਉੱਥੇ ਇੱਕ ਮੋਰੋਗ ਵਿਗਿਆਨੀ ਸਲਾਹਕਾਰ ਵੀ ਨਿਯੁਕਤ ਕੀਤਾ ਜਾਵੇ ਇਹ ਅਦਾਲਤਾਂ ਦਾ ਹੁਕਮ ਹੈ ਕਿ ਤੁਸੀਂ ਇਸ ਪਾਲਸੀਬਲ ਕਦਮ ਚੱਕੋ ਇਹ ਆਪਣੇ ਆਪ ਦੇ ਵਿੱਚ ਬਹੁਤ ਆਇਮ ਹੈ ਕਿ ਵਿਦਕਤਾਰਿਆਂ ਦੇ ਕੋਲੇ ਨਸ਼ਾ ਵਿਖ ਰਿਹਾ ਤੇ ਇਲਜ਼ਾਮ ਜਦੋਂ ਇਹ ਲੱਗ ਜਾਂਨ ਕਿ ਜਿਹੜੀ ਇਹਨਾਂ ਨੇ ਅੰਮ੍ਰਿਤਸਰ ਰੈਲੀ ਕੀਤੀ ਆ ਉਹਦੇ ਵਿੱਚ ਵੀ ਟੀਕੇ ਲਾਏ ਗਏ ਆ ਤੇ ਮੋ ਕੌਂਟ੍ਰੀਸ ਆਉਂ ਕਹਿੰਦੇ ਆ ਕਿ ਮੈਂ ਉਹ ਛਡਾ ਕੇ ਨਾ ਜ ਤੱਕ ਕਿਤਾਬ ਪੜਾਉਣਾ ਚਾਹੁੰਦਾ ਹਾਂ ਜਰੂਰ ਪੜਾਓ ਸੋ ਇਹ ਬਹੁਤ ਗੰਭੀਰਤਾ ਵਾਲਾ ਮਾਮਲਾ ਹੈ ਜਿਹੜਾ ਕਿ ਤੁਰੰਤ ਪੱਧਰ ਦੇ ਉੱਤੇ ਕੀਤਾ ਜਾਣਾ ਚਾਹੀਦਾ ਹੈ ਜੀ ਆਮਾਦੀ ਪਾਰਟੀ ਦੇ ਨੇਤਾ ਦਿਨੇਸ਼ ਢੱਲ ਦੇ ਬੇਟੇ ਵੱਲੋਂ ਕਾਂਗਰਸੀ ਇੱਕ ਨੇਤਾ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸੀ ਜਿਹਦੇ ਚੱਲਦੇ ਦਿਨੇਸ਼ ਢੱਲ ਨੇ ਕਿਹਾ ਕਿ ਇਹ ਸਾਰੇ ਤੱਥ ਨਹੀਂ ਹੋ ਬੇਬੁਨਿਆਦ ਨੇ ਜੀ ਇੱਕੋ ਲਾਈਨ ਨਾਲ ਕੰਮ ਸਰ ਜਾਂਦਾ ਹੁੰਦਾ ਦਿਨੇਸ਼ ਢੱਲ ਅਤੇ ਕਾਂਗਰਸ ਆਗੂ ਦੇ ਨਾਲ ਉਹਦੇ ਬੇਟੇ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਬਾਬਾ ਹੈਨਰੀ ਤੇ ਪ੍ਰਗਟ ਸਿੰਘ ਪੁਲਿਸ ਦੇ ਇੱਕ ਅਧਿਕਾਰੀ ਜਿਨ੍ਹਾਂ ਦਾ ਨਾਂ ਜਗਮੋਣ ਹੈ ਉਹਨਾਂ ਨੂੰ ਮਿਲਣ ਪਹੁੰਚੇ ਪ੍ਰਗਟ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਸਾਡੀ ਗੱਲ ਸੁਣ ਲਈ ਹੈ ਤੇ ਸਾਨੂੰ ਭਰੋਸਾ ਵੀ ਦਿੱਤਾ ਹੈ ਕਿ ਉਹ ਨਿਰਪੱਖ ਤੌਰ ਤੇ ਜਾਂਚ ਕਰਨਗੇ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹੁੰਦੀ ਆ ਨਹੀਂ ਹੁੰਦੀ ਪਤਾ ਨਹੀਂ ਪ੍ਰਗਟ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਵਿੱਚ ਉਹਨਾਂ ਦੀ ਬਾਤ ਸੁਣੀ ਹੈ ਤੇ ਸਾਨੂੰ ਹੁਣ ਉਮੀਦ ਹੈ ਕਿ ਜੇ ਪੁਲਿਸ ਇਹਤੇ ਕਾਰਵਾਈ ਕਰ ਦਿੰਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਹੋਰ ਉੱਚ ਅਧਿਕਾਰੀਆਂ ਦੇ ਕੋਲ ਜਾਵਾਂਗੇ ਔਰ ਉਹਨਾਂ ਦਾ ਦੋਸ਼ ਹੈ ਕਿ ਆਮ ਤੌਰ ਤੇ ਦੇਖਣ ਵਿੱਚ ਆਇਆ ਇਹ ਸਿਕਿਉਰਿਟੀਆ ਲੈ ਲੈ ਕੇ ਲੋਕਾਂ ਨਾਲ ਮਾਰਕੁੱਟ ਕਰਦੇ ਫਿਰਦੇ ਆ ਤੇ ਪੁਲਿਸ ਮੂਕ ਦਰਸ਼ਕ ਬਣ ਗਈ ਸਾਰੇ ਥਾਵਾਂ ਤੇ ਉਹ ਕਹਿੰਦੇ ਜੇ ਕਾਰਵਾਈ ਨਾ ਕੀਤੀ ਇਹਨਾਂ ਨੂੰ 2 ਦਿਨ ਦਾ ਟਾਈਮ ਦਿੱਤਾ ਹੈ ਨਹੀਂ ਭਰ ਅਸੀਂ ਕਾਂਗਰਸ ਪਾਰਟੀ ਦੀ ਜਿਹੜੀ ਸੂਬਾ ਲੀਡਰਸ਼ਿਪ ਹੈ ਉਹਦੇ ਧਿਆਨ ਚ ਲਿਆਵਾਂਗੇ ਜੇ ਧਰਨੇ ਵਜਾਰੇ ਕਰਨੇ ਪਏ ਉਹ ਵੀ ਕਰਾਂਗੇ ਸੋ ਇਸ ਮਾਮਲੇ ਦੇ ਵਿੱਚ ਪਰਗਟ ਸਿੰਘ ਹੋਰ ਨੇ ਇਹ ਬਿਆਨ ਦਿੱਤਾ ਹੈ ਤੇ ਉਧਰੋਂ ਜਿਹੜਾ ਦਿਨੇਸ਼ ਧੱਲ ਕਹਿੰਦਾ ਕਿ ਨਾ ਇਹ ਤਾਂ ਸਾਰੇ ਦੋਸ਼ ਬੇਵਿਨਾਦ ਨੇ ਉਹਨੇ ਇਹ ਜਿਹਾ ਕੁਝ ਨਹੀਂ ਕੀਤਾ ਧੱਲ ਸਾਹਿਬ ਅੱਜ ਕੱਲ ਸੀਸੀਟੀਵੀ ਇੰਚ ਸਾਰਾ ਕੁਝ ਆ ਜਾਂਦਾ ਹੈ ਤੇ ਹੁਣ ਦੋ ਦਿਨਾਂ ਦੇ ਵਿੱਚ ਪੁਲਿਸ ਕਿਹੜੀ ਕਾਰਵਾਈ ਕਰਦੀ ਹੈ ਜੇ ਕਿਹੜੀ ਰਿਪੋਰਟ ਉਪੇਸ਼ ਕਰਦੀ ਹੈ ਉਹਦੇ ਤੇ ਨਰ ਪਰ ਕਰਦਾ ਹੈ ਜੀ ਜੀ ਪੰਜਾਬੀ ਸਿੰਗਰ ਸ਼ੁਭ ਦੇ ਖਿਲਾਫ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦੇ ਪੋਸਟਰ ਵੀ ਪਾੜੇ ਗਏ ਨੇ ਤੇ ਕਹਿੰਦੇ ਮੁੰਬਈ ਦੇ ਵਿੱਚ ਉਹਨਾਂ ਦਾ ਸ਼ੋਅ ਨਹੀਂ ਲੱਗਣ ਦੇਵਾਂਗੇ ਜੀ ਹਾਏ ਨੇ ਉੱਤੇ ਸ਼ੋਅ ਲੌਨ ਜਾਣਾ ਹੈ ਇਹ ਸਾਡੇ ਗਾਇਕਾਂ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਕਿ ਥਾਂ ਥਾਂ ਦੇ ਉੱਤੇ ਵਿਵਾਦਤ ਗੱਲ ਕਰਦੇ ਐ ਇਹੀ ਗੱਲ ਫਿਲਮਾਂ ਦੀ ਕੀਤੀ ਜਾਂਦੀ ਹੈ ਕਿ ਜੇ ਵਿਵਾਦਤ ਗੱਲ ਕਰ ਦਈਏ ਸ਼ਾਇਦ ਫਿਲਮ ਚੱਲ ਜੂਗੀ ਜਾਂ ਗਾਇਕ ਚੱਲ ਜੂਗਾ ਸੁਪਰੇਟਾ ਬਣ ਜੂਗਾ ਇਹ ਸ਼ਵਨੀਤ ਸਿੰਘ ਦਾ ਮਾਮਲਾ ਕੈਨੇਡੀਅਨ ਰੈਪਰ ਖਿਲਾਫ ਅਵੇਈ ਵਿੱਚ ਬਰਦੋਰ ਪ੍ਰਚਾਰਣ ਕੀਤਾ ਗਿਆ ਕਹਿੰਦੇ ਆ ਕਿ ਇਹਨੇ ਜਿਹੜਾ ਉਹ ਰੈਪਰ ਆ ਜਾਂ ਉਹ ਗੀਤ ਹੈ ਉਹਦੇ ਵਿੱਚ ਕੁਝ ਨ ਕੁਝ ਬਵਾਦਤ ਤੱਥ ਹੈ ਜਿਹਦੇ ਤਹਿਤ ਭਾਰਤੀ ਜਨਤਾ ਪਾਰਟੀ ਤੇ ਦੂਜੇ ਆਗੂ ਦਾ ਵਿਰੋਧ ਕਰ ਰਹੇ ਨੇ ਭਾਰਤ ਸਰਕਾਰ ਅਤੇ ਦੇਸ਼ ਦੇ ਖਿਲਾਫ ਸੋਸ਼ਲ ਮੀਡੀਆ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਇਹਦੇ ਤੇ ਇਹਨੇ ਐਲੀਵੇਟਡ ਬੈਨਰ ਵੀ ਰੋਲਨ ਅਤੇ ਨੋ ਲਵ ਵਰਗੇ ਗੀਤਾ ਨਾਲ ਆਪ ਦੀ ਬੜੀ ਪ੍ਰਸ਼ੰਸਾ ਕੀਤੀ ਸੀ ਤੇ ਮੇਰਾ ਖਿਆਲ ਇਹੋ ਜੇ ਬਵਾਦਤ ਕਮ ਕਰਕੇ ਇਹ ਆਗੂ ਆਪਣੇ ਆਪ ਨੂੰ ਉੱਚਾ ਕਰਨਾ ਚਾਹੁੰਦੇ ਆ ਕਿ ਛੇਤੀ ਤੋਂ ਛੇਤੀ ਰਾਤੋਂ ਰਾਤ ਅਸੀਂ ਸਟਾਰ ਬਣ ਜਾਈਏ ਇਹਦਾ ਕੋਈ ਨਿਜਮ ਹੋਣਾ ਚਾਹੀਦਾ ਜਿਵੇਂ ਫਿਲਮਾਂ ਦਾ ਸੈਂਸਰ ਬੋਰਡ ਹੈ ਮੇਰਾ ਖਿਆਲ ਪੰਜਾਬ ਨੂੰ ਵੀ ਜਿਹੜੀਆਂ ਵੀ ਇਹ ਰੀਲਾ ਨਿਕਲਦੀਆਂ ਨੇ ਜਾਂ ਅੱਜਕੱਲ ਤਾਂ ਸਿੱਧੀਆਂ ਸੀਡੀ 'ਚ ਹੁੰਦੀਆਂ ਨੇ ਇਹ ਇੰਦਾ ਦਾ ਜਿਹੜੀ ਸਮੱਗਰੀ ਹੈ ਉਹਦੀ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਇਤਰਾਜਯੋਗ ਚੀਜ਼ ਪਹਿਲਾਂ ਹੀ ਤੱਤ ਖਤਮ ਕਰ ਦੇਣੇ ਚਾਹੀਦੇ ਜਿੱਦੇ ਨਾਲ ਫਿਰਕਿਆਂ ਦੇ ਵਿੱਚ ਸਮਾਜ ਦੇ ਵਿੱਚ ਕੋਈ ਅਸਰਤਾ ਪੈਦਾ ਹੁੰਦੀ ਹੋਵੇ ਜੀ ਦੂਜੇ ਪਾਸੇ ਪੰਜਾਬੀ ਸਿੰਘ ਰਣਜੀਤ ਬਾਵਾ ਵੱਲੋਂ ਨਸ਼ੇ ਦੀ ਮੁਹਿੰਮ ਦੇ ਵਿੱਚ ਹਿੱਸਾ ਪਾਇਆ ਗਿਆ ਜੋ ਕਿ ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਮੁਹਿੰਮ ਉਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਦਾ ਹਿੱਸਾ ਬਣੇ ਨੇ ਤੇ ਉਹਨਾਂ ਨੇ ਪੁਲਿਸ ਦੀ ਸਲਾਘਾ ਵੀ ਕੀਤੀ ਹੈ ਜੀ ਦੇਖੋ ਰਣਜੀਤ ਇਹਨਾਂ ਨੇ ਨਸ਼ਾ ਵਿਰੋਧ ਪ੍ਰੇਮ ਦੀ ਰਣਜੀਤ ਬਾਵਾ ਹੋਰ ਨੇ ਸ਼ਲਾਘਾ ਕੀਤੀ ਹੈ ਇਸ ਤੋਂ ਪਹਿਲਾਂ ਅਦਾਕਰ ਗੁੱਗੂ ਗਿੱਲ ਸੋਨੂ ਸੂਦ ਲਖਵਿੰਦਰ ਬਟਾਲੀ ਇਹਨਾਂ ਨੇ ਵੀ ਸਰਕਾਰ ਦੀ ਸ਼ਲਾਘਾ ਕੀਤੀ ਜੇ ਸਰਕਾਰ ਚੰਗਾ ਕੰਮ ਕਰਦੀ ਹੈ ਉੱਥੇ ਅਸੀਂ ਸਾਰੀ ਉਹਦੀ ਪ੍ਰਸ਼ੰਸਾ ਕਰਦੇ ਹਾਂ ਅਸੀਂ ਸਦਾ ਸਰਕਾਰ ਦੇ ਆਲੋਚਕ ਬਣ ਕੇ ਨਹੀਂ ਬੈਠੇ ਔਰ ਜਿਹੜੇ-ਜਿਹੜੇ ਕੰਮ ਸਰਕਾਰ ਨੇ ਚੰਗੇ ਕੀਤੇ ਭਾਵੇਂ ਭ੍ਰਿਸ਼ਟਾਚਾਰ ਚ ਕੀਤਾ ਅਸੀਂ ਇੱਕੋ ਗੱਲ ਕਹਿੰਦੇ ਹਾਂ ਪਰ ਇਸ ਤਰ੍ਹਾਂ ਚਾਰਜਪੈਨ ਇਹ ਨਾ ਕਰੋ ਕਿ ਇਹ ਹਮਾਰਾ ਹੈ ਇਹ ਤੇਮਾਰਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੱਕੋ ਨਜ਼ਰ ਨਾਲ ਜਦੋਂ ਤੁਸੀਂ ਇੱਕੋ ਨਜ਼ਰ ਨਾਲ ਕਰੋਗੇ ਲੋਕ ਤੁਹਾਡੀ ਪ੍ਰਸ਼ੰਸਾ ਵੀ ਕਰਨਗੇ ਤੁਹਾਨੂੰ ਪਸੰਦ ਕਰਨਗੇ ਸੋ ਉਹ ਕਹਿੰਦੇ ਅਸੀਂ ਅਰਦਾਸ ਕਰਦੇ ਹਾਂ ਕਿ ਨਸ਼ੇ ਦੀ ਦਲਦਲ ਚੋਂ ਪੰਜਾਬ ਨਿਕਲੇ ਰਗਲਾ ਪੰਜਾਬ ਬਣੇ ਪਰ ਜਿਹੜੀਆਂ ਸਿਸਟਮ ਸਾਹਮਣੇ ਆ ਰਿਹਾ ਹੈ ਘਟੋ ਘਟ ਇਹਦੇ ਨਾਲ ਤਾਂ ਨਹੀਂ ਬੰਨਾ ਸਾਨੂੰ ਕੁਝ ਨਾ ਕੁਝ ਸਖਤ ਕਦਮ ਔਰ ਵੱਡੀ ਪੱਧਰ ਦੇ ਉੱਤੇ ਚੁੱਕਨੇ ਪੈਣਗੇ ਸੋ ਜਿੰਨੇ ਵੀ ਸਾਡੇ ਇਹ ਕਲਾਕਾਰ ਨੇ ਜਾਂ ਜਿਹੜਾ ਵੀ ਹਰ ਬੰਦੇ ਦਾ ਫਰਜ ਹੈ ਪਿੰਡ ਪਿੰਡ ਹੁਣ ਤਾਂ ਪਿੰਡਾਂ ਦੇ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਵੀ ਬਣ ਗਈਆਂ ਨੇ ਕਿਉਂ ਬਣਾਉਣੀਆਂ ਪਿੰਗਾ ਜਦੋਂ ਸਰਕਾਰੀ ਮਸ਼ੀਨਰੀ ਫੇਲ ਹੋ ਜਾਵੇ ਜੀ ਦੂਜੇ ਪਾਸੇ ਪਿੰਡਾਂ ਦੇ ਵਿੱਚ ਚਿਪਾ ਵਾਲੇ ਮੀਟਰਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਜੀ ਦੇਖੋ ਕਿਸਾਨ ਵੀ ਹਰ ਥਾਂ ਦੇ ਉੱਤੇ ਵਿਰੋਧ ਸ਼ੁਰੂ ਕਰ ਦਿੰਦੇ ਨੇ ਔਰ ਕੋਈ ਸ਼ੱਕ ਨਹੀਂ ਬਿਜਲੀ ਚੋਰੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਅੱਜ ਜਦੋਂ ਤੋਂ ਭਗਵੰਤ ਮਾਨ ਨੇ 300 ਜੁਨਟ ਮੁਕਤ ਕੀਤੇ ਇੱਕੋ ਘਰ ਦੇ ਵਿੱਚ ਲੋਕਾਂ ਨੇ 2-2 ਮੀਟਰ ਲਵਾ ਲਏ 3 ਲੱਖ ਦੇ ਕਰੀ ਮੀਟਰ ਲੱਗੇ ਨੇ ਇਹ ਸਰਹੱਦੀ ਜ਼ੋਨ ਬਿਜਲੀ ਚੋਰੀ ਚ ਇੱਕ ਨੰਬਰ ਤੇ ਹੈ ਤੇ ਦੂਜੇ ਨੰਬਰ ਤੇ ਆਉਂਦਾ ਪੱਛਮ ਜ਼ੋਨ ਜਿਹਦੇ ਵਿੱਚ ਬਠਿੰਡਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਤੇ ਬੁਖਸਰ ਦਾ ਇਲਾਕਾ ਆਉਂਦਾ ਹੈ ਤਾਕਤ ਉਧਰ ਵੀ ਰਹੀ ਹੈ ਉਧਰ ਵੀ ਰਹੀ ਹੈ ਮੈਂ ਸਮਝਦਾ ਕਿ ਜਿਹੜੀ ਚੀਜ਼ ਕਰੋੜਾਂ ਵਿੱਚ ਖਰੀਦੀ ਜਾਂਦੀ ਹੈ ਇਹਨਾਂ ਸਰਕਾਰਾਂ ਨੇ ਆਪਣੇ ਆਪ ਲੋਕਾਂ ਨੂੰ ਇਹ ਬਕਤ ਖੋੜ ਗਿਆ ਜਰਗੇ ਬਿਜਲੀ ਚੋਰੀ ਵੱਲ ਤੱਕਿਆ ਤੇ ਮੈਨੂੰ ਕਹਿੰਚ ਕੋਈ ਗੁਰੇਜ ਨਹੀਂ ਅੱਜ ਪੰਜਾਬ ਦੇ ਖਜ਼ਾਨੇ ਦਾ 22% ਪੈਸਾ ਇਹ ਦਿਨਦਾਰੀਆਂ ਤੇ ਬਿਆਜ ਕਰਜ਼ੇ ਦਾ ਦੇਣ ਵਾਸਤੇ ਦਿੱਤਾ ਜਾ ਰਿਹਾ ਹੈ ਜਿਹੜਾ ਕਿ ਬਹੁਤ ਪੰਜਾਬ ਇੱਕ ਨੰਬਰ ਤੇ ਕਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡਾ ਤਾਂ ਖਜ਼ਾਨਾ ਭਰਾਈ ਬਹੁਤ ਹੈ ਤੇ ਫਿਰ ਭਾਈ ਦੇ ਦਿਓ ਕਿਸਾਨਾਂ ਨੂੰ ਉਹਨਾਂ ਨੂੰ 1500 ਰੁਪਏ ਵਾਲਾ ਜਿਹੜਾ ਸਿੱਧੀ ਭਜਾਈ ਵਾਲਾ ਸੀ ਉਹ ਹੁਣ ਤੱਕ ਉਹਦੇ ਤਾਂ ਕੋਈ ਗਰਦਾਬਰੀ ਕਰਾਉਣ ਦੀ ਲੋੜ ਨਹੀਂ ਉਹ ਤਾਂ ਅੰਕੜੇ ਖੇਤੀ ਭਾਗ ਦੇ ਭੇਜਤੇ ਤੁਹਾਨੂੰ ਮਈ ਮਹੀਨੇ ਦੇ ਭੇਜੇ ਹੋਏ ਨੇ ਜੂਨ ਦੇ ਕਿ 5 ਦਾ ਬਹੁਤ ਕਿਹਦਾ ਕਢਾਇਆ ਜਾ ਰਿਹਾ ਸੋ ਇਹ ਜਰਾ ਗੁਰਸ਼ਰਨ ਦੇ ਬਣੀ ਇਹਨਾਂ ਦੇ ਬਲਕ ਜਨਰਲ ਸਕੱਤਰ ਹੈ ਕਈਆਂ ਨੇ ਕੀਤਾ ਹੈ ਕਿ ਬਿਜਲੀ ਬੋਰਡ ਦਾ ਭੋਗ ਪਾ ਕੇ ਕਾਰਪੋਰੇਟਰਾਂ ਨੂੰ ਸੰਭਾਲਣ ਦਾ ਯਤਨ ਹੈ ਮੈਂ ਇੱਕ ਗੱਲ ਕਹਾਜ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਨਾ ਹਟੇ ਤਾਂ ਜਿਵੇਂ ਮੋਬਾਈਲਾਂ ਦੇ ਵਿੱਚ ਹੁੰਦਾ ਨਾ ਇਹ ਬਿਜਲੀ ਦੇ ਵੀ ਇਹੀ ਸਿਸਟਮ ਆ ਜਾਊਗਾ ਕੇ ਵਿੱਚ ਚਿਪ ਲੱਗੂ ਚਿਪ ਦੀ ਜ਼ਰੂਰਤ ਨਹੀਂ ਤੁਸੀਂ ਜਿੰਨੀ ਬਿਜਲੀ ਵਰਤਨੀ ਹੈ ਓਨੇ ਦਾ ਰੀਚਾਰਜ ਕਰਾ ਲਓ ਪੈਸੇ ਵੀ ਅਡਵਾਂਸ ਲੈਣਗੇ ਤੇ ਸਰਕਾਰਾਂ ਜੇ ਸੁਵਰਧ ਨੇ ਤਾਂ ਸੌਰ ਊਰਜਾ ਸੂਰਜੀ ਊਰਜਾ ਉਹਦੇ ਵੱਲ ਵੱਧ ਤੋਂ ਵੱਧ ਧਿਆਨ ਦਿਓ ਜਦੋਂ ਬਿਜਲੀ ਇਹਨਾਂ ਕੋਲੇ ਵੱਧ ਜਾਵੇ ਘਰਾਂ ਚ ਲਬਾਉ ਦੁਜੇ ਲਬਾਉ ਉਹ ਬਿਜਲੀ 71 ਕਰਕੇ ਤੁਸੀਂ ਵੇਚ ਵੀ ਦਿਓ ਆਲਮੋਸਟ ਇਹ 0 ਆ ਜਾਏਗਾ ਜੇ ਸਬਸਿਟੀ ਆਧਾਰ ਦੇ ਉੱਤੇ ਤੁਸੀਂ ਸਾਰਿਆਂ ਨੂੰ ਸ਼ੋਰ ਊਰਜਾ ਦੀ ਬਿਜਲੀ ਪੈਦਾ ਕਰਕੇ ਦਿੰਦੇ ਹੋ ਜੀ ਜਿੱਥੇ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਉਸੇ ਸ਼ਹਿਰ ਦੇ ਵਿੱਚ 1965 ਦੀ ਲੜਾਈ ਦੇ ਵਿੱਚ 52 ਲੋਕ ਸ਼ਹੀਦ ਹੋਏ ਸੀ ਜਿਨ੍ਹਾਂ ਦੀ ਯਾਦਗਾਰ ਤਰਸਯੋਗ ਹੋਈ ਪਈ ਹੈ ਉੱਥੇ ਕਹਿੰਦੇ ਕਿ 1965 ਦੀ ਜੰਗ ਵਿੱਚ ਜਿਹੜੇ 52 ਲੋਕ ਸ਼ਹੀਦ ਹੋਏ ਸੀ ਉਹਨਾਂ ਦੀ ਇੱਕ ਯਾਦਗਾਰਾ ਸ਼ਹਿਰਟਾ ਦੇ ਵਿੱਚ ਇਹ ਜਿੱਥੇ ਸਕੂਲ ਆਫ ਐਮੀਨੈਂਸ ਹੈ 1976 ਦੇ ਵਿੱਚ ਇੱਥੇ ਇਹਨੂੰ ਦੇ ਦਿੱਤਾ ਸੀਗਾ ਨਗਰ ਨਗਰ ਅਮਰਸਰ ਦੇ ਦին ਆ ਗਿਆ ਸੀ ਉੱਥੋਂ ਦੇ ਕੁਝ ਸੰਘਰਸ਼ ਕਮੇਟੀ ਹੈ ਕਮਿਊਨਿਟੀ ਕੇਂਦਰ ਵੀ ਚੱਲਦਾ ਕਹਿੰਦੇ ਇਹ ਤਾਂ ਗੈਨੀ ਗੁਰਦੀਪ ਸਿੰਘ ਨੇ ਤੇ ਹੋਰ ਆਗੂ ਨੇ ਉਹਨਾਂ ਨੇ ਕਮਿਸ਼ਨਰ ਨੂੰ ਜਾ ਕੇ ਇੱਕ ਮੈਂਬਰੋਂਡਮ ਦਿੱਤਾ ਮੰਗ ਪੱਤਰ ਦਿੱਤਾ ਇਹਦੀ ਤਰਸਯੋਗ ਹਾਲਤ ਨੂੰ ਸੁਧਾਰਿਆ ਜਾਵੇ ਉਹ ਕਹਿੰਦੇ ਉੱਥੇ ਬਹੁਤ ਸਾਰੇ ਆਗੂ ਨੇ ਸਵਾਲ ਚੱਕੇ ਹੈ ਕਿ 1965 ਦੀ ਜੰਗ ਨਾਲ ਜੁੜੀ ਵੀ ਇਹ ਗੱਲ ਹੋਵੇ ਤੇ ਸਰਕਾਰ ਕਹਿੰਦੀ ਅਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹਾਂ ਲਿਪਾ ਪੋਚੀ ਸਕੂਲ ਤੇ ਕਰਤੀ ਉਹ ਕਹਿੰਦੇ ਆ ਜਿਹੜੀ ਕੀ ਦਾਦੀ ਯਾਦ ਵਿੱਚ ਬਣੀ ਹੋਈ ਯਾਦ ਹੈ ਇਹਦੀ ਹਾਲਤ ਵੀ ਵਧੀਆ ਬਣਾ ਦਿਓ ਉਹਨੂੰ ਕਹਿੰਦੇ ਨਾਲ ਕਮਿਊਨਿਟੀ ਸੈਂਟਰ ਵਜੋਂ ਵਰਤਿਆ ਜਾਂਦਾ ਹੈ ਬਰਾਤਾਂ ਵਗੈਰਾ ਵੀ ਉੱਥੇ ਆਉਂਦੀਆਂ ਨੇ ਸੋ ਇਹ ਉਹਨਾਂ ਦੀ ਮੰਗ ਹੈ ਉਹਨਾਂ ਨੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਜੀ ਅੱਜ ਦੇ ਪ੍ਰੋਗਰਾਮ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਸਾਨੂੰ ਤੋਂ ਜ਼ਿਆਦਾ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ